ਜਨਮਦਿਨ ਦੇ ਜੱਲੀਆਂ ਉਹਦੇ ਪੋਤੇ ਦੇ ਓਏ ਜਨਮਦਿਨ ਵਾਲਾ ਮੁੰਡਾ ਕੱਪੜੇ ਧੋ ਲਾ ਕੇ ਲੈ ਜਵਾਬ ਫਿਰ ਉਹ ਤਾਂ ਕਰਨਾ ਹੀ ਆ ਹੁਣ ਹੁਣ ਤੁਹਾਨੂੰ ਫੇਰ ਸ਼ਕਲਾਂ ਦੇਖਣ ਨੂੰ ਤਾਂ ਲਿਆਂਦਾ ਨਹੀਂ ਸਾਰੇ ਮੁੰਡੇ ਦੇ ਮਾਮੇ ਨੇ ਕੇਕ ਚੱਕ ਲਿਆ ਕਹਿੰਦੇ ਸਿੱਧੂ ਦੇ ਕਰਕੇ ਨਾ ਰੱਖਿਆ ਸ਼ੋਪਿੰਗ ਸੈਗ ਸਿੱਧੂ ਨਹੀਂ ਉਹ ਪਤਾ ਕਾਹਦੋਂ ਨਹੀਂ ਮੰਨਦਾ ਭਾਬੀ ਇਹਨੂੰ ਤੂੰ ਗੰਡੇ ਕੱਟਣ ਲਾ ਦਿੰਨੀ ਆ ਕਿਹੜਾ ਕਹੇਗਾ ਬਈ ਇਹ ਮੋਟੂ 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 ਪਤਲੂ ਕਹਿੰਦਾ ਵੀ ਜਗਰਾਮਾ ਜਦੋਂ ਵੀ ਡੁੱਬਾ ਛੋਟਾ ਪਾਣੀ ਨਾਲ ਹੀ ਡੁੱਬਣਾ ਖੰਧਾਰੇ ਵਾਲੇ ਬਿਸਕੁਟ ਵੀ ਪਏ ਆ ਬਾਈ ਹੁਣਾਂ ਕੋਲੇ ਸਤਿ ਸ਼੍ਰੀ ਅਕਾਲ ਜੀ ਮੌਸਮ ਤੁਸੀਂ ਦੇਖ ਸਕਦੇ ਹੋ ਅੱਜ ਬਹੁਤ ਹੀ ਵਧੀਆ ਠੰਡਾ ਮੌਸਮ ਹੋਇਆ ਕਈ ਦਿਨਾਂ ਬਾਅਦ ਤੋਂ ਰਾਤ ਮਿਲੀ ਅੱਜ ਪੰਜਾਬ 'ਚ ਕਈ ਇਲਾਕਿਆਂ ਦੇ ਵਿੱਚ ਤਾਂ ਹੜਾਂ ਦਾ ਕਹਿਰ ਆਇਆ ਹੋਇਆ ਤੇ ਬਾਬਾ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਵੀ ਹੜ੍ਹ ਨਾਲ ਪੀੜਿਤ ਹੋਏ ਹੋਏ ਆ ਸਭ ਤੇ ਬਾਬਾ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਸਾਰੇ ਪੰਜਾਬੀਆਂ ਨੂੰ ਸਾਰੇ ਪੰਜਾਬੀਆਂ ਨੂੰ ਚਾਹੇ ਇੱਧਰ ਬੈਠੇ ਆ ਚਾਹੇ ਦੇਸ਼ ਦੇ ਜਿੱਥੇ ਵੀ ਬੈਠੇ ਆ ਇੱਕੋ ਅਪੀਲ ਕਰਦੇ ਹਾਂ ਕਿ ਵੱਧ ਚੜ੍ਹ ਕੇ ਇਹੀ ਟਾਈਮ ਆਪਣਾ ਵੀ ਆਪਾਂ ਪੰਜਾਬ ਅਤੇ ਆਪਣੇ ਪੰਜਾਬੀਆਂ ਦੇ ਨਾਲ ਖੜੀਏ ਤੇ ਅੱਜ ਫਿਰ ਕਿੱਥੇ ਚੱਲੀਆਂ ਨਾਨਕਿਆਂ ਨੂੰ ਹਾਂ ਨਾਨਕਿਆਂ ਨੂੰ ਨਾਨਕੀ ਕਰਨ ਚੱਲੀਆਂ ਜਨਮਦਿਨ ਤੇ ਚੱਲੀਆਂ ਉਹਦੇ ਪੋਤੇ ਦੇ ਅੱਛਾ ਪੋਤੇ ਦੇ ਜਨਮਦਿਨ ਤੇ ਚੱਲੀਆਂ ਅੱਜ ਹਾਂ ਆਹੋ ਨਾਨਕਿਆਂ ਨੂੰ ਅੱਛਾ ਤੇ ਮੈਨੂੰ ਤਾਂ ਲੈ ਕੇ ਨਹੀਂ ਆਂਦੀ ਮੇਰੇ ਨਾਨਕੀ ਕਹਿ ਦਿੰਦੀ ਆ ਇਹ ਕੱਲ ਦਾ ਜਾ ਕੇ ਆਇਆ ਚੱਲਾਂਗੇ ਤੇਰੇ ਨਾਨਕੇ ਵੀ ਹੂੰ ਪਹਿਲਾਂ ਮੇਰੇ ਨਾਨਕੇ ਚੱਲਈਏ ਫਿਰ ਤੇਰੇ ਨਾਨਕੇ ਵੀ ਚੱਲਾਂਗੇ ਹਾਂ ਹਾਂ ਫਿਰ ਲੈ ਕੇ ਚੱਲੂ ਫਿਰ ਕੀ ਪੋਤੇ ਨੂੰ ਲੈ ਕੇ ਕੀ ਜਾਣਾ ਹੁਣ ਕੇਕ ਲੈ ਚੱਲਦੇ ਆ ਹੈ ਕੇਕ ਲੈ ਚੱਲਦੇ ਆ ਕੇਕ ਕੇਕ ਲੈ ਚੱਲੀਏ ਜਨਮਦਿਨ ਯਾਰ ਫਿਰ ਕੇਕ ਲੈ ਚੱਲਦੇ ਆ ਭਾਈ ਉਹਦਾ ਡੀਕੀ ਜਾਂਦੇ ਆਪਾਂ ਲੇਟ ਬਾਲਾ ਹੋ ਗਏ ਹੋਰ ਉਹ ਤਾਂ ਡੀਕਦੇ ਹੋਣਗੇ ਹੁਣ ਲੇਟ ਤੋਂ ਸੁੱਤਾ ਪਿਆ ਨਹੀਂ ਉੱਠਦਾ ਗੱਡੀ ਨੀ ਨਾ ਪਤਾ ਕਿੱਧਰ ਨੂੰ ਜਾਊ ਗੱਡੀ ਜਾਊ ਫਿਰ ਗੱਡੀ ਜਾਊ ਫਿਰ ਆਹ ਤੇ ਆ ਗਿਆ ਮੰਮੀ ਮਸਤਾਕ ਆ ਦੇ ਉਹਦੀ ਦੁਕਾਨ ਆ ਗਈ ਜਿਹੜਾ ਮੇਰੇ ਬਾਹਰ ਨਹੀਂ ਕਰਦਾ ਹੁੰਦਾ ਉੱਥੇ ਆਹੋ ਆ ਦੇ ਉਹਦੀ ਦੁਕਾਨ ਆ ਗਈ ਉੱਥੇ ਮੈਨੂੰ ਦਿਖਾਦਾ ਉਹਨੂੰ ਬੁਲਾਦਾ ਉਹਨੂੰ ਬਾਹਰ ਬੁਲਾਉਣਾ ਬੁਲਾਉਣਾ ਨਹੀਂ ਮੈਂ ਐਵੇਂ ਤੂੰ ਤਾਂ ਗੜ ਪੈ ਜਾਏਗੀ ਉਹ ਰਗੜਾ ਮੇਰੇ ਵਾਲ ਵੀ ਕੱਟਣ ਹਟ ਜੀ ਵਾਲ ਕੱਟਣਾ ਤਾਂ ਹਟਾਉਣਾ ਉਹਨੂੰ ਹਾਂ ਹਾਂ ਕੀ ਗੁਰੂ ਲਾਓ ਜੀ ਗੁਰੂ ਸਾਹਿਬ ਲਾਗੇ ਮੱਥੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਹੁਤ ਵਧੀਆ ਦਿਨ ਚੜਿਆ ਅੱਜ ਹੈਂ ਗੁਰੂ ਸਾਹਿਬ ਲੱਗੇ ਗੱਲ ਆ ਮੰਮੀ ਜਦੋਂ ਸੜਕ ਤੇ ਗੁਰੂ ਸਾਹਿਬ ਲੰਘਦੇ ਆ ਐ ਨਹੀਂ ਵੀ ਕੋਈ ਬੰਦਾ ਮੋਟਰਸਾਈਕਲ ਜਾਂ ਗੱਡੀ ਗਾਹ ਨਗਾ ਕੇ ਲੈ ਜੂ ਹਨਾ ਇਹਨਾਂ ਦੀ ਸ਼ਕਤੀ ਏਡੀ ਆ ਸਹੀ ਗੱਲ ਆ ਵਾਹਿਗੁਰੂ ਧੰਨ ਗੁਰੂ ਨਾਨਕ ਇਵਾ ਅੱਜ ਤਾਂ ਆਪਦੇ ਨਾਨਕਿਆਂ ਨੂੰ ਜਾਣਾ ਕਰਕੇ ਦੇਖ ਕਿਵੇਂ ਕਢਾਈ ਕਢੂਈ ਵਾਲੇ ਸੂਟ ਪਾਈ ਬੈਠੀ ਆ ਸੋਹਣੇ ਸੋਹਣੇ ਹੈਂ ਹੂੰ ਕੀ ਅੱਛਾ ਕੀ ਅੱਜ ਬੜਾ ਕੱਢਿਆ ਸੂਟ ਹੈ ਦੱਬਣੇ ਵਾਲੀ ਗੱਲ ਹੀ ਆ ਕਦੇ ਕਦੇ ਕੱਢਦੀਆਂ ਹੂੰ ਸੂਟ ਸਾਟ ਸੂਟ ਤੇਰੇ ਕੋਲ ਹੈ ਬਹੁਤ ਆ ਕੱਢਦੀ ਨੀ ਪਤਾ ਨੀ ਕਿੱਥੇ ਲੈ ਕੇ ਜਾਣੇ ਆ ਪਾਉਂਦੀ ਤਾਂ ਹੈ ਨੀ ਫਿਰ ਦੇਖ ਗਰਮੀ ਜੀ ਪਾਉਣ ਵਾਲੇ ਹੁੰਦੇ ਹੁਣ ਜਨਮਦਿਨ ਵਾਲਾ ਮੁੰਡਾ ਸੰਗਦਾ ਬਈ ਓਏ ਸੰਗ ਗਿਆ ਬਈ ਸੰਗ ਗਿਆ ਉਹ ਕੱਟਦੇ ਆ ਕੇਕ ਤੇਰਾ ਕੱਟਦੇ ਆ ਖੜ ਜਾ ਹਜੇ ਜਿਹੜੀ ਪਿੱਛੇ ਜੇ ਗੱਲ ਚੱਲੀ ਰੇੜੀ ਕੀ ਨਿਕਲਦਾ ਏ ਰੇੜੀਏ ਚੋਂ ਸਾਊ ਜਵਾਕ ਆ ਸਾਡਾ ਦੇਖ ਲਾ ਇਹਨਾਂ ਲਿੱਸਾ ਮੁੰਡਾ
ਫਿਕਰਾਂ ਚ ਲਿੱਸਾ ਹੋ ਗਿਆ। ਹਾਂ ਹਾਂ ਦੇਖਿਆ ਨੀ ਕਦੇ ਕਹਿੰਦਾ ਹੋਰ ਓਹਦਾ ਵਿਚਾਰਾ ਭਾਬੀ ਟੈਨਸ਼ਨ ਚ ਲਿੱਸਾ ਹੋ ਗਿਆ। ਹਾਂ ਹਾਂ ਓਹੀ ਤਾਂ ਗੱਲ ਆ, ਭਾਬੀ ਤਾਂ ਲੜਦੀ ਵਾਲਾ ਯਾਰ ਸਾਡੇ ਜਵਾਕ ਨਾ, ਓਹੀ ਤਾਂ ਗੱਲ ਆ। ਗੀਗਾ ਪੁੱਤ ਸਹੀ ਗੱਲ ਆ, ਚੱਲ ਕੋਈ ਨਾ, ਚੱਲ ਕੋਈ ਨਾ, ਇੰਨਾ ਕੁ ਤਾਂ ਚੱਲਦਾ ਓਹੀ ਤਾਂ ਗੱਲ ਆ, ਤਾੜੀ ਕਿਤੇ ਇੱਕ ਹੱਥ ਨਾਲ ਥੋੜੀ ਵੱਜਦੀ ਹੈ ਨਾ ਭਾਬੀ। ਹਾਂ ਹਾਂ ਸਹੀ ਗੱਲ ਆ, ਕੰਮ ਪੁੱਛ ਫਿਰ ਕਾਹਤੋਂ ਨੀ ਕਰਨ ਦਿੰਦਾ, ਇਹਨੂੰ ਪੁੱਛ, ਇਹਨੂੰ ਤਾਂ ਪੁੱਛ ਵੀ ਕਾਹਤੋਂ ਨੀ ਕਰਨ ਦਿੰਦਾ। ਹੁਣ ਇਹਨੂੰ ਕਹਿ ਮੰਮੀ ਨਹੀਂ, ਤੂੰ ਹੁਣ ਇਹਨੂੰ ਕਹਿ, ਤੂੰ ਕਹਿ ਫਿਰ, ਤੂੰ ਕਹਿ ਤਾੜੀ ਇੱਕ ਹੱਥ ਨਾਲ ਨੀ ਵੱਜਦੀ ਹੁੰਦੀ। ਅੱਜ ਆਪਣੇ ਭਤੀਜ ਦਾ ਹੈਗਾ ਜਨਮਦਿਨ, ਸ਼ੁਭਦੀਪ ਸਿੰਘ ਸਿੱਧੂ, ਇੱਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਤੇ ਇਹ ਸਾਡਾ ਭਤੀਜ ਹੈਗਾ ਸ਼ੁਭਦੀਪ ਸਿੰਘ ਡੱਲੇ ਵਾਲਾ। ਉਹ ਉਹਨਾਂ ਨੇ ਰੱਖਿਆ ਹੀ ਨਾ ਇਹਦੇ ਤੇ ਆ, ਸਿੱਧੂ ਦੇ ਕਰਕੇ ਨਾ ਰੱਖਿਆ ਸ਼ੁਭਦੀਪ ਸਿੰਘ ਸਿੱਧੂ, ਹੁਣ ਤੋਂ ਪਹਿਲਾਂ ਹੀ ਨਾਂ ਰੱਖਦਾ ਸੀ, ਇੱਧਰ ਇੱਧਰ ਜਾਣਾ, ਇੱਧਰ ਇੱਧਰ, ਹੁਣ ਤੋਂ ਪਹਿਲਾਂ ਹੀ ਇਹ ਨਾਂ ਰੱਖਦਾ ਸੀ। ਅੱਛਾ ਹੁਣ ਤੋਂ ਪਹਿਲਾਂ ਹੀ ਨਾਂ ਰੱਖਦਾ ਸੀਗਾ, ਉੱਧਰ ਦੀ ਘੁੰਮ ਕੇ ਆਉਂਦੇ ਹੁਣ, ਇੱਧਰ ਦਾ ਕੰਮ ਚੱਲਦਾ ਵਾ, ਦੁਕਾਨ ਇੱਧਰ ਹੀ ਆ, ਬੰਦ ਕੀਤਾ ਵੀ ਜੇ ਮੁੰਡਾ ਹੋਇਆ ਤਾਂ ਇਹੀ ਨਾਂ ਰੱਖਾ। ਅੱਛਾ ਜੇ ਮੁੰਡਾ ਹੋਇਆ ਤਾਂ ਸ਼ੁਭਦੀਪ ਸਿੰਘ ਸਿੱਧੂ ਨਾਂ ਰੱਖਾਂ ਗਿਆ ਨਾ, ਉਦੋਂ ਮੈਂ ਲੱਗਦਾ ਸਿੱਧੂ ਮੂਸੇ ਵਾਲਾ ਚੜ੍ਹਾਈ ਕਰ ਗਿਆ ਜੇ ਨਾ। ਉਹ ਤਾਂ ਪਹਿਲਾਂ ਦਾ ਸੀ, ਇਹ ਤਾਂ ਬਾਅਦ ਤੋਂ ਹਾਂ, ਸਿੱਧੂ ਮੂਸੇ ਵਾਲਾ ਉਦੋਂ ਯਾਨੀ ਕਿ ਚੜ੍ਹਾਈ ਕਰ ਗਿਆ ਸੀ, ਉਦੋਂ ਬਾਅਦ ਚ ਹੋਇਆ ਸਾਡਾ ਭਤੀਜ ਤੇ ਉਹਦਾ ਨਾਂ ਰੱਖਿਆ ਫਿਰ ਸ਼ੁਭਦੀਪ ਸਿੰਘ ਸਿੱਧੂ। ਉਹਦਾ ਅੱਜ ਪਹਿਲਾ ਜਨਮ ਦਿਨ ਆ ਸਿੱਧੂ ਦਾ, ਨਗਰ ਕੌਂਸਲ ਜਗਰਾਉਂ, ਤੇ ਆਹ ਜਿਹੜਾ ਏਰੀਆ ਇੱਥੇ ਤਾਂ ਜਦੋਂ ਮਾੜਾ ਜਿਹਾ ਮੀਂਹ ਪੈ ਜਾ ਦਰਿਆ ਹੀ ਬਣ ਜਾਂਦਾ, ਕਹਿੰਦੇ ਕਮਲ ਚੌਂਕ ਆ ਜਗਰਾਉਂ ਦਾ, ਇਹ ਆਹ ਦੁਕਾਨਾਂ ਦੇਖ ਲੋ ਗੋਡਿਆਂ ਜਿਹੜੀਆਂ ਉੱਚੀਆਂ ਉੱਚੀਆਂ ਰੱਖ ਰੱਖ ਪਾਈਆਂ ਇਹਨਾਂ ਨੇ, ਦੁਕਾਨਾਂ ਦੇ ਫੇਰ ਵੀ ਵਿੱਚ ਦੀ ਲੰਘ ਜਾਂਦਾ ਪਾਣੀ। ਇਹ ਕਹਿੰਦੇ ਜਗਰਾਉਂ ਨੂੰ ਉਹ ਹੋਏ ਪਿਆ ਨਾ ਵਚਨ, ਹੋਏ ਪਿਆ ਵੀ ਇਹਨੇ ਪਾਣੀ ਚ ਡੁੱਬਣਾ, ਕਹਿੰਦੇ ਹੋਏ ਪਿਆ ਬਾਈ ਵਚਨ, ਹੋਏ ਪਿਆ ਜਗਰਾਉਂ ਨੂੰ ਬੁੱਲੇ ਸ਼ਾਹ ਦੀ ਬੋਤੀ ਨੂੰ ਪਾਣੀ ਪਾਤਾ ਇਹਦੇ। ਕੀ ਹੋ ਗਿਆ ਸੀਗਾ? ਬੁੱਲੇ ਬਾਬੇ ਦੀ ਸੀਗੀ ਬੋਤੀ। ਅੱਛਾ ਬਾਬੇ ਗਜਾ ਕਰਨ ਆਉਂਦੀ ਸੀ। ਅੱਛਾ ਆਪਣੇ ਪਿੰਡਾਂ ਲਈ ਆਏ, ਠੀਕ ਆ, ਕਿਸੇ ਨੇ ਉਹਨੂੰ ਪਾਣੀ ਪਾਤਾ ਸੀਗਾ ਦੁੱਧ ਦੇ ਵਿੱਚ, ਇਹਨੂੰ ਕਿਹੜਾ ਪਤਾ ਲੱਗਣਾ, ਉਹ ਕਹਿੰਦਾ ਕੋਈ ਗੱਲ ਨੀ ਬੀ ਮੈਨੂੰ ਤਾਂ ਨੀ ਪਤਾ ਲੱਗਣਾ, ਕਹਿੰਦਾ ਪਤਾ ਤੁਹਾਨੂੰ ਵੀ ਨੀ ਲੱਗਣਾ, ਅੱਛਾ ਡੁੱਬੋਗੇ ਵੀ, ਕਹਿੰਦਾ ਫਿਰ ਜਗਰਾਵਾਂ ਪਾਣੀ ਇੱਧਰ ਇੱਧਰ ਜਾਣਾ ਬਾਈ, ਪੂਜਾ ਪਾਜਾ ਪਾਠ ਪੂਠ ਤਾਂ ਬਹੁਤ ਕਰਾਉਂਦੇ ਆ, ਤਾਂ ਹੀ ਅਜੇ ਤੱਕ ਬਚਾ ਵਾ, ਸਿੱਧਾ ਹੀ ਜਾਣਾ ਬਈ ਮੋਟਰ ਸਕੂਟਰ
ਕਾਬਲਾ ਬੇਕਰ ਉਹ ਇਹ ਪੁਰਾਣੀ ਆ ਬੰਦੇ ਦੇ ਇਹਦਾ ਫਿਰ ਮੈਂ ਅੱਜ ਆਇਆ ਇਹਨਾਂ ਦੇ ਅੱਗੇ ਤਾਂ ਗਾਂ ਜੇ ਇੱਕ ਕਿਹੜੇ ਆ ਅੱਗੇ ਉਹਦੇ ਜਾਂਦੇ ਹੁੰਦੇ ਹਨਾ ਚਾਵਲਾ ਬੇਕਰ ਵਾਲੇ ਚਲੋ ਦੇਖਦੇ ਆ ਕਿਹੋ ਜਿਹਾ ਕੇਕ ਕੇਕ ਤਾਂ ਹੁਣ ਘਰੇ ਜਾ ਕੇ ਦਿਖਾਵਾਂਗੇ ਹੁਣ ਬੰਦੇ ਬਈ ਹੁਣ ਕੱਢ ਲੈ ਕਰ ਕੱਢ ਲੈ ਕੱਢ ਲੈ ਕੱਢ ਲੈ ਕਿਹੜਾ ਕੇਕ ਆ ਬਈ ਇਹ ਮੋਟੂ 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 ਪਤਲੂ ਆਈਪੀਐਸ ਆਫੀਸਰ ਸ਼ੋਭਦੀਪ ਸਿੰਘ ਆਈਪੀਐਸ ਬਣਾਉਣਾ ਹੈ ਫੋਟੋ ਹੁਣ ਉਹਦੀ ਵੀ ਲਵਾ ਲੈਂਦੇ ਯਾਰ ਜਿਹਦੇ ਕਰਕੇ ਨਾਂ ਰੱਖਿਆ ਸੀਗਾ ਹੈ ਇਹ ਮੈਨੂੰ ਪਤਾ ਨਹੀਂ ਵੀ ਇਹ ਆਰਡਰ ਦੇਣ ਵਾਲੇ ਨੂੰ ਹਾਂ ਉਹ ਗਲਤ ਹੋਈ ਆ ਯਾਰ ਹਨਾ ਲਵਾਉਣੀ ਚਾਹੀਦੀ ਸੀ ਤੁਹਾਨੂੰ ਠੀਕ ਵਧੀਆ ਬਾਈ ਚਲੋ ਵਧੀਆ ਸਰਾਬ ਚਾਵਲਾ ਬੇਕਰੀ ਠੀਕ ਹੈ ਕੇਕ ਬਹੁਤ ਵਧੀਆ ਬਾਈ ਸਹੀ ਗੱਲ ਆ ਨਾ ਤਾਂ ਤੂੰ ਅੱਜ ਫ੍ਰੀ ਪ੍ਰੋਮੋਸ਼ਨ ਆ ਇਹ ਨਾ ਸੋਚ ਵੀ ਕੀਤੀ ਆ ਸਹੀ ਗੱਲ ਆ ਅੱਜ ਤਾਂ ਘਰ ਦਾ ਪ੍ਰੋਗਰਾਮ ਆ ਚਾਵਲਾ ਬੇਕਰੀ ਬਾਈ ਹੁਣ ਇਹਨੂੰ ਕਹਿੰਦੇ ਲੈ ਵੀ ਕਹਿੰਦੇ ਸੰਧਾਰੇ ਵਾਲੇ ਬਿਸਕੁਟ ਵੀ ਪਏ ਆ ਬਾਈ ਹੁਣਾਂ ਕੋਲੇ ਇਹ ਬਾਈ ਦੇਸੀ ਕਿਹਾ ਉਹਦੇ ਆ ਕਿ ਦੂਜੇ ਆ ਇਹ ਸਿੰਪਲ ਆ ਦੇਸੀ ਕਿਹਾ ਤੁਸੀਂ ਮਿਲ ਜਾਂਦੇ ਆ ਇਹ ਡਾਲਡੇ ਵਾਲੇ ਆ ਹਨਾ ਆ ਦੇਸੀ ਵਾਲੇ ਗਾਂਹ ਪਏ ਆ ਉਹ ਲੁਕੋ ਕੇ ਰੱਖਿਆ ਮਹਿੰਗਾ ਸਮਾਨ ਆ ਮਹਿੰਗੀਆਂ ਚੀਜ਼ਾਂ ਅਕਸਰ ਕਹਿੰਦੇ ਫਿਰ ਮਗਰੋਂ ਹੀ ਮਿਲਦੀਆਂ ਹੁੰਦੀਆਂ ਲੇਟ ਉਹ ਗੱਲ ਹੋ ਜਾਂਦੀ ਆ ਜੇ ਆਪਾਂ ਫਿਰ ਚੀਜ਼ ਪਹਿਲਾਂ ਹੀ ਮਹਿੰਗੀ ਦਿਖਾ ਦੀ ਫਿਰ ਅਗਲਾ ਹੱਥ ਨੀ ਪਾਉਂਦਾ ਹੱਥ ਨੀ ਪਾਉਂਦਾ ਹੋਰ ਵੈਰਾਈਟੀ ਵੀ ਹੋਵੇ ਨਾ ਕੋਲ ਆ ਕਿਹੜੇ ਆ ਵੀਰੇ ਇਹ ਆਟੇ ਦੇ ਆ ਅੱਛਾ ਠੀਕ ਹੈ ਨਹੀਂ ਮੈਂ ਕਿਹਾ ਦੇਸੀ ਵਾਲੇ ਕਿ ਦੂਜੇ ਹੀ ਆ ਇਹ ਠੀਕ ਹੈ ਸਾਰੇ ਆਟੇ ਵਾਲੀ ਇਹ ਸਿੰਪਲ ਮਤਲਬ ਕਿ ਉਹ ਸਿੰਪਲ ਹੀ ਹੁੰਦਾ ਨਾ ਸਹੀ ਹੈ ਦੇਸੀ ਵਾਲੇ ਨਹੀਂ ਇਹ ਕਿੰਨੇ ਕਿਵੇਂ ਕੀ ਰੇਟ ਆ ਬਈ ਇਹਨਾਂ ਦਾ 220 ਵੀਰੇ ਠੀਕ ਆ ਉਹ ਪੈਟਕਾਂ ਵਾਲੇ 160 ਦੇ 160 160 ਰੁਪਏ ਦੇਸੀ ਵਾਲੇ ਚਲੋ ਮੁੰਡੇ ਦਾ ਮਾਮਾ ਮੁੰਡੇ ਦਾ ਮਾਮਾ ਠੀਕ ਆ ਵੀਰੇ ਓਕੇ ਚਲੋ ਜੀ ਮੁੰਡੇ ਦੇ ਮਾਮੇ ਨੇ ਕੇਕ ਚੱਕ ਲਿਆ ਕਹਿੰਦੇ ਮੁੰਡੇ ਦੇ ਮਾਮਾ ਜੀ ਕਹਿੰਦੇ ਕੇਕ ਦੀ ਸੇਵਾ ਵਾਹ ਜੀ ਵਾਹ ਵਾਹ ਜੀ ਵਾਹ ਜੀ ਹੈਂ ਚਲੋ ਕੋਈ ਨਾ ਪੰਜਾਬ ਆ ਇੱਥੇ ਕੁਝ ਵੀ ਹੋ ਸਕਦਾ ਸਹੀ ਆ ਜੱਗੀ ਦੋਹੇ ਪਾਸੇ ਚ ਆਉਂਦਾ ਹਨਾ ਸਹੀ ਗੱਲ ਆ ਜੇ ਮੂਹਰੇ ਕੋ ਸਾਜੇ ਨੇ ਕਹਿਣਾ ਇੱਧਰ ਕਾਹਤੋਂ ਬਾੜਤੀ ਰੱਖੜੀ ਰੁਖੜੀ ਭੇਜਣੀ ਆ ਪਰ ਪੈਸਾ ਨੀ ਆਉਣਾ ਕੋਈ ਪਿਆਰ ਹੀ ਆਊਗਾ ਰੱਖੜੀਆਂ ਆ ਗਿਆ ਬਈ ਜਿਵੇਂ ਮੇਰੀ ਭੈਣ ਨੇ ਰੱਖੜੀਆਂ ਭੇਜਣੀਆਂ ਭੇਜ ਸਕਦੇ ਆ ਕੋਈ ਚੱਕਰ ਨੀ ਬਿਲਕੁਲ ਕੱਢਾ ਕਹੂਗਾ ਵੀ ਸਮੀਤ ਕੇਕ ਤੇਰੇ ਹਿਸਾਬ ਨਾਲ ਪੰਜਾਬੀ ਚ ਦੱਸ ਹਾਂ ਤੇਰੇ ਜੱਡਾ ਇਹ ਵੱਡੇ ਕੇਕ ਦਾ ਮੁੰਡਾ ਵਾ ਛੋਟਾ ਜਿਹੜਾ ਲੈ ਭਾਬੀ ਅੱਧੇ ਅੱਖਰ ਭੁੱਲ ਗਈ ਸੀ ਹੈਪੀ ਬੇਥੇ ਅੱਛਾ ਡੈਕ ਪਈ ਸੀ ਪਹਿਲਾਂ ਖੜਨੇ ਫਿਰ ਆਉਣ ਬਣੀ ਇਹ ਨਹੀਂ ਹਿਸਾਬ ਆ ਭਾਬੀ ਨੂੰ ਐਂ ਤਾਂ ਡੈਕੋਰੇਸ਼ਨ ਕਰਦੀ ਰਹੀ ਆ ਦੇਖਿਆ ਲਾ ਤੇ ਨਾ ਨਾਲ ਚੱਕ ਚੱਕ ਹੁਣ ਹਿੱਲ ਕੇ ਦਿਖਾਵੇ ਆਹੀ ਜੱਗੀ ਜੋੜਤਾ ਜੱਗੀ ਕਿਹੜਾ ਹਿੱਲਦਾ ਇਹ ਤਾਂ ਦੇਖ ਕੇ ਪਤਾ ਲੱਗੂ ਹੁਣ ਸੋਹਣਾ ਭਾਬੀ ਕੇਕ ਇਹਦਾ ਗੱਲ ਆ ਗਾਣਾ ਦਾ ਵਾਲਾ ਲਾਉਂਦੇ ਆ ਹੱਸਦੇ ਹੀ ਰਹਿੰਦੇ ਆ ਹੱਸਦੇ ਐ ਨੀ ਪਰ ਗਾਲੀ ਪੈਂਦੇ ਫਿਰ ਹੱਸਦੇ ਨੀ ਚੱਕ ਵੀ ਚਾਚੀ ਦਾ ਗਿਫਟ ਲਿਆਦਾ ਚਾਚੀ ਨੇ ਉਹ ਨਹੀਂ ਬਈ ਚਾਹ ਨੀ ਪਿਆਈ ਯਾਰ ਨਹੀਂ ਭਾਬੀ ਭਾਬੀ ਸੰਗਦੀ ਆ ਵੀਡੀਓ ਬਣਾਉਣ ਤੋਂ ਜੱਗੀ ਕਹਿੰਦਾ ਹਾਂ ਦੱਸ ਭਾਬੀ ਹਾਂ
ਸਹੀ ਗੱਲ ਆ ਦੱਸ ਨਾ ਪਾਪੀਓ ਟਿੱਕੀਆਂ ਟੁੱਕੀਆਂ ਦੀ ਬਣਾ ਲਿਆ ਕਰੋ ਲੈ ਵੀ ਖਾਂਦੇ ਨਹੀਂ ਜੇ ਕਿਤੇ ਟਿੱਕੀਆਂ ਉਹ ਸਾਨੂੰ ਸੱਦ ਲਿਆ ਕਰੋ ਅਸੀਂ ਖਾ ਲਿਆ ਕਰਾਂਗੇ ਹਾਂ ਲੈ ਬਈ ਨਹੀਂ ਉਹ ਪਤਾ ਕਾਹਤੋਂ ਨਹੀਂ ਮੰਨਦਾ ਭਾਬੀ ਇਹਨੂੰ ਤੂੰ ਗੰਢੇ ਕੱਟਣ ਲਾ ਦਿੰਦੀ ਆ ਆਹ ਗੱਲ ਆ ਹੋਰ ਕੀ ਆ फूड ब्लॉग भाभी कहिंदी चलूगा है भाभी की बनाया करोगे फिर जिदन बना हो सानू साथ लिया करो है हां सही गल चल देख दे फिर बी लै आता फिर तू पंगा पाता हूं बी गल आए हैं भी तेनू जोर नहीं लाना पैना सानू साडी भाभी जोर ला के चलानी पैनी है ये गल नहीं मेरी भाभी कहनी मैं खाने वाली चीजा बनाया करू सही गल लिस्सा मुंडा सही गल लिस्सा मुंडा पर काम जगी तेन नाल करवाना पैना नहीं तो आरे ला भाभी ने जदों का जोड़िया ना हिलया नहीं आई जोड़ लेना फिर ਨੱਚ ਲਾ